ਸਤ ਸ੍ਰੀ ਅਕਾਲ ਦੋਸਤੋ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਤੁਹਾਡੀ ਆਪਣੀ ਚੈਨਲ ਹਿੰਦ ਪੰਜਾਬ ਤੇ ਸਵਾਗਤ ਹੈ ਤੇ ਮੈਂ ਬਲਦੀਪ ਪਰਮਾਰ ਹਾਜ਼ਰ ਹਾਂ ਅੱਜ ਦੀ ਇੱਕ ਬਹੁਤ ਹੀ ਅਹਿਮ ਅਤੇ ਵੱਡੀ ਖਬਰ ਲੈ ਕੇ ਦੋਸਤੋ ਤੁਸੀਂ ਸੁਣਿਆ ਹੋਣਾ ਅਸੀਂ ਵੀ ਉਹਦੇ ਤੇ ਲੜੀ ਵਾਰ 3 ਐਪੀਸੋਡ ਬਣਾਏ ਸੀ 100 ਕਰੋੜ ਰੁਪਏ ਦੀ ਸਾਈਬਰ ਠੱਗੀ ਦਾ ਕੇਸ ਜਿਹੜਾ ਮਹਾਲੀ ਪੁਲਿਸ ਤੇ ਸਾਈਬਰ ਸੈੱਲ ਨੇ ਨੰਗਾ ਕੀਤਾ ਸੀ ਲੇਕਿਨ ਕਹਿਣ ਬਤਾਵਕ ਜੋ ਉਸ ਸਮੇਂ ਦੇ ਇਨਵੈਸਟੀਗੇਸ਼ਨ ਆਫੀਸਰ ਨੇ ਇਲਜ਼ਾਮ ਲਾਇਆ ਕਿ ਉਹਨਾਂ ਨੂੰ ਇਸ ਕੇਸ ਨੂੰ ਦਬਾਉਣ ਲਈ ਪ੍ਰੈਸ਼ਰਾਈਜ਼ ਕੀਤਾ ਗਿਆ ਜਿਹੜੇ ਆ ਕਿਊਚ ਸੀ ਉਹਨਾਂ ਵੱਲੋਂ ਬੇਬੁਨਿਆਦ ਅਲੀਗੇਸ਼ਨਸ ਲਾਈਆਂ ਗਈਆਂ ਉਹਨਾਂ ਤੇ ਕੁਰੇਸ਼ਵ ਦਿਆਂ ਪੈਸੇ ਮੰਗਣ ਦੀਆਂ ਕੁਚੇ ਹੋ ਜੀਆਂ ਗੱਲਾਂ ਔਰ ਬਹੁਤ ਜਲਦੀ ਇਸ ਕੇਸ ਦੀ ਤਫਤੀਸ਼ ਤੋਂ ਉਸ ਆਇਓ ਨੂੰ ਜਿਨਾ ਦਾਨਾਤੀ ਅਮਨਜੋਤ ਕੌਰ ਉਹਨਾਂ ਨੂੰ ਹਟਾ ਦਿੱਤਾ ਗਿਆ ਇੱਕ ਐਸਆਈਟੀ ਬਣਾ ਦਿੱਤੀ ਗਈ ਜੋ ਉਸ ਕੇਸ ਦੀ ਅਗਲੀ ਜਾਣਕਾਰੀ ਅਗਲੀ ਕਾਰਵਾਈ ਅਜੇ ਵੀ ਕਰ ਰਹੀ ਹੈ ਦੋਸਤੋ ਬੜਾ ਗੰਭੀਰ ਮਾਮਲਾ ਸੀ ਆਖਰ ਬੜੇ ਲੰਬੇ ਸਮੇਂ ਦੀ ਅੜੀਕ ਤੋਂ ਬਾਅਦ ਉਸ ਐਸਟੋ ਜਿਹੜੇ ਜਿਨ੍ਹਾਂ ਨੇ ਕੇਸ ਬਸ ਕੀਤਾ ਸੀ ਅਮਨਜੋਤਪੁਰ ਨੇ ਡੀਜੀਪੀ ਸਾਹਿਬ ਨੇ ਇੱਕ ਟਿੱਖੀ ਲੀਕੀ ਜਿਹਦੇ ਤੋਂ ਉਹਨਾਂ ਨੇ ਅਰਾਜ ਦੇ ਮੰਤਰੀ ਹਰਜੋਤ ਬੈਂਸ ਦਾ ਨਾਮ ਲਿਆ ਉਹਨਾਂ ਦੀ ਧਰਮ ਪਤਨੀ ਜੋ ਆਪੀਐਸ ਅਫਸਰ ਹੈ ਤੇ ਚੰਡੀਗੜ੍ਹ ਦੀ ਪੋਸਟੜਾ ਜੋਤੀ ਯਾਦ ਉਹਨਾਂ ਦਾ ਨਾਮ ਲਿਆ ਔਰ ਇਹ ਕਿਹਾ ਕਿ ਇਹਨਾਂ ਵੱਲੋਂ ਬਾਰ ਬਾਰ ਪ੍ਰੈਸ਼ਰ ਪਾਇਆ ਜਾਂਦਾ ਰਿਹਾ ਇਹਨਾਂ ਕਰਕੇ ਕਹੋ ਜਾਂ ਇਹਨਾਂ ਵੱਲੋਂ ਕਹੋ ਕਿ ਇਸ ਕੇਸ ਨੂੰ ਜਿਆਦਾ ਗੰਭੀਰਤਾ ਨਾਲ ਨਾ ਲਿਆ ਜਾਵੇ ਔਰ ਉਹਨਾਂ ਦੀ ਇਸ ਚਿੱਠੀ ਨੂੰ ਉਸ ਚਿੱਠੀ ਤੇ ਲਾਏ ਰਦਾਮਾ ਨੂੰ ਉਹਨਾਂ ਦੀ ਜਿਹੜੀ ਆ ਰੈਲ ਮੈਨੈਟੀ ਸੀ ਜਾਂ ਉਹਨਾਂ ਦੀ ਜੋ ਸੀਰੀਅਸਨੈਸ ਸੀ ਜਾਂ ਨੀਤਿਰ ਸੀਰਦਾਮਾ ਦੀ ਉਹਨੂੰ ਮੱਧੇ ਨਜ਼ਰ ਰੱਖਦੇ ਹੋਏ ਡੀਜੀਪੀ ਪੰਜਾਬ ਨੇ ਇੱਕ ਤਿੰਨ ਮੈਂਬਰਾਂ ਦੀ ਐਸਆਈਟੀ ਲਗਾ ਦਿੱਤੀ ਜਿਸ ਵਿੱਚ ਐਡੀਜੀਪੀ ਸਾਈਬਰ ਕ੍ਰਾਈਮ ਵੀ ਨੀਰਜਾ ਉਹਨਾਂ ਨੂੰ ਹੈੱਡ ਬਣਾਇਆ ਗਿਆ ਇੱਕ ਆਈਰੀ ਲੇਡੀ ਆਫੀਸਰ ਆਈਰੀ ਉਹਨਾਂ ਨੂੰ ਇਹ ਚਲਾਇਆ ਗਿਆ ਔਰਤੀ ਦੇ ਐਸਐਸਪੀ ਜਿਹੜੇ ਮਾਹਾਲੀ ਦੇ ਨੇ ਉਹਨਾਂ ਨੂੰ ਲਾਇਆ ਗਿਆ ਹਾਂ ਉਹ ਇਨਕੁਆਇਰੀ ਚੱਲ ਰਹੀ ਹੈ ਉਹ ਡਿਪਾਰਟਮੈਂਟ ਦਾ ਮਾਮਲਾ ਹੈ ਚੱਲਦੀ ਰਹੇਗੀ ਸਾਡਾ ਉਹਦੇ ਨਾਲ ਕੋਈ ਨਾਣਾ ਦੇਣਾ ਨਹੀਂ ਪਰ ਜਦੋਂ ਇਲਜ਼ਾਮ ਇੰਨੇ ਗੰਭੀਰ ਹੋਣ ਕਿ ਅਰਾਜ ਦੇ ਮੰਤਰੀ ਦਾ ਨਾਮ ਆ ਜਾਏ ਉਹਨਾਂ ਤੇ ਲੱਗੇ ਇਲਜ਼ਾਮ ਸਿੱਧ ਹੁੰਦੇ ਨਹੀਂ ਹੁੰਦੇ ਉਹ ਬਾਅਦ ਦੀ ਗੱਲ ਅਪਰਾਜ ਦੇ ਦਿਨ ਤੋਂ ਕਟਾਰੇਟ ਨੇ ਮਰੀ ਨਹੀਂ ਹੋਏ ਅਜੇ ਜਨਤਾ ਦੀ ਅਦਾਲਤ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਹੁਣ ਇਹ ਪੂਰੇ ਮਾਮਲੇ ਤੇ ED ਦੀ ਐਂਟਰੀ ਹੋ ਗਈ ਹੈ এনਫੋਰਸਮੈਂਟ ਡਾਇਰੈਕਟੋਰੇਟ ਦੀ ਇਹ ਬਹੁਤ ਅਹਿਮ ਖਬਰ ਹੈ ਪਤਾ ਲੱਗ ਗਿਆ ਕਿ ਤਕਰੀਬਨ ਉਹਨਾਂ ਦਿਨਾਂ 'ਚ ਜਦੋਂ ਇਹ ਸਾਬਕਾ ਆਈਓ ਨੇ ਇਨਵੈਸਟੀਗੇਸ਼ਨ ਆਫੀਸਰ ਨੇ ਡੀਜੀਪੀ ਸਾਹਿਬ ਨੂੰ ਚਿੱਠੀ ਲਿਖੀ ਜੀ ਰਜ ਮੰਤਰੀ ਦਾ ਨਾਂ ਲਿਆ ਗਿਆ ਉਹਨਾਂ ਦਿਨਾਂ 'ਚ ED ਦੀ ਇੱਕ ਚਿੱਠੀ ਵੀ ਡੀਜੀਪੀ ਸਾਹਿਬ ਨੂੰ ਆ ਜਾਂਦੀ ਆ ਕਿ ਅਸੀਂ ਇਸ ਕੇਸ ਦੀ ਪੜਤਾਲ ਕਰ ਰਹੇ ਹਾਂ ਤੇ ਸਾਨੂੰ ਪੂਰੇ ਇਸ ਕੇਸ ਨਾਲ ਜੁੜੇ ਹੋਏ ਸਾਰੇ ਦਸਤਾਵੇਜ਼ ਸੌਂਪੇ ਜਾਣ ਮੌਕਾ ਮਿਲ ਰਿਹਾ ਹੈ ਨਾ ਕੁਝ ਇਸ ਪੂਰੇ ਮਾਮਲੇ ਦੀ ਅਹਿਮੀਅਤ ਨੂੰ ਸਾਹਮਣੇ ਰੱਖਦੇ ਹੋਏ ਈਡੀ ਨੇ ਇਹ ਫਾਈਲ ਮੰਗਾ ਲਈ ਅਸੀਂ ਆਪਣੇ ਲੈਵਲ ਤੇ ਇਨਕੁਆਰੀ ਸ਼ੁਰੂ ਕੀਤੀ ਸੋਰਸਸ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਤਾ ਜੀਡੀ ਦੇ ਸੋਰਸਸ ਤੋਂ ਪਤਾ ਲੱਗਾ ਕਿ ਜਦੋਂ ਤੋਂ ਇਹ ਕੇਸ ਪੱਖਿਆ ਸੀ ਜਦੋਂ 100 ਕਰੋੜ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਉਹਦੇ 'ਚ ਜਿਹੜੀ ਪ੍ਰਾਣੀ ਆਈਓ ਸੀ ਅਮਨਜੋਤ ਕਰਨੀ ਥੇ ਲੋਕਾਂ ਨੂੰ ਅਰੈਸਟ ਵੀ ਕੀਤਾ ਜਿਹਦੇ 'ਚ ਅਰੇ ਰਾਜ ਕੋਪੂਰੀਆ ਉਦੇਪੇਤਾ ਤੇ ਉਹਨਾਂ ਦੀ ਪਤਨੀ ਬਾਅਦ 'ਚ ਅਰੈਸਟ ਹੋਈ ਸੀ ਤੇ ਤਿੰਨ ਉਹਨਾਂ ਦੇ ਮੁਲਾਜ਼ਮ ਟੋਟਲ 6 ਲੋਕ ਅਰੇਸਟ ਹੋਏ ਸੀ ਲਾਦੇ ਕਿ ਮਨੀ ਲੌਂਡਰਿੰਗ ਦਾ ਕੇਸ ਸੀ ਮਨੀ ਟ੍ਰੇਲ ਜਿਹੜੀ ਸੀ ਉਹਦੇ 7000 ਆਮਦੀ ਸੀ ਇਸ ਕਰਕੇ ਸ਼ਾਇਦ ਇਸ ਮਾਮਲੇ ਦੀ ਭਣਕ ਇਨਫੋਰਸਮੈਂਟ ਡਾਇਰੈਕਟਰ ਨੂੰ ਲੱਗੇ ਜਿਸ ਦਾ ਕੰਮ ਹੀ ਮਨੀ ਲੌਂਗ ਟਰਨ ਕੇਸਸ ਨੂੰ ਦੇਖਣਾ ਉਹਨਾਂ ਨੇ ਆਪਣੇ ਲੈਵਲ ਤੇ ਪੈਰਲਲ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਈਡੀ ਕੀ ਕਰਦੀ ਹੈ ਬੜੇ ਹੰਡੇ ਦਿਮਾਗ ਨਾ ਕੰਮ ਕਰਦੇ ਉਹਨਾਂ ਨੇ ਦੇਖਿਆ ਕਿ ਕੇਸ ਮਹਾਲੀ ਪੁਲਿਸ ਨੇ ਬੰਦ ਕੀਤਾ ਇਹਦੇ ਪਿੱਛੇ ਕੋਈ ਵੱਡੀ ਗੱਲ ਵੀ ਹੋ ਸਕਦੀ ਆ ਉਹਨਾਂ ਨੇ ਆਪਣੇ ਲੈਵਲ ਤੇ ਇਸ ਕੇਸ ਦੀ ਜਿਹਨੂੰ ਡਿਸਕਰੀਟ ਇਨਕੁਆਰੀ ਕਹਿੰਦੇ ਆ ਪੈਰਲਲ ਇਨਕੁਆਰੀ ਉਹ ਸ਼ੁਰੂ ਕੀਤੀ ਤੇ ਉਹਨਾਂ ਨੇ ਕਾਫੀ ਕੁਝ ਸ਼ਾਇਦ ਕੱਢ ਲਿਆ ਗਰ ਅਸੀਂ ਆਪਣੇ ਸੋਰਸਸ ਨੂੰ ਮੰਨੀਏ ਤਾਂ ਮਨੀ ਟ੍ਰੇਲ ਦੀ ਕੋਈ ਨਾ ਕੋਈ ਗੁੱਥੀ ਜਿਹੜੀ ਆ ਉਹ ED ਦੇ ਸਾਹਮਣੇ ਆ ਗਈ ਫਿਰ ਇਹਦੀ ਇੰਟਰਸਟਡ ਹੋ ਜਾਂਦਾ ਕੇਸ ਕੇਸ ਦੀ ਜਾਣਕਾਰੀ ਵੱਡੇ ਲੈਵਲ ਤੇ ਹੋਣੀ ਚਾਹੀਦੀ ਇਹ ਸਾਰੇ ਮਸਲਾ 100 ਕਰੋੜ ਰੁਪਏ ਦਾ ਅੰਦਾਜ਼ਾ ਤੋਂ ਸਾਈਉ ਨੂੰ ਲਾਇਆ ਸੀ ਜਿਨੇ ਅੱਜ ਪੂਰੀ ਇਨਵੈਸਟੀਗੇਸ਼ਨ ਵੀ ਪੂਰੀ ਨਹੀਂ ਤੇ ਕੀਤੀ ਵਿੱਚ ਬਤਾਲੇ ਹਟਾ ਦਿੱਤਾ ਗਿਆ ਉਸ ਤੋਂ ਬਾਅਦ ਕੋਈ ਨਵਾਂ ਤੱਤ ਤਾਂ ਸਾਹਮਣੇ ਆਇਆ ਹੀ ਨਹੀਂ ਨਵੀਂ ਐਸਆਈ ਤੀ ਨੇ ਸ਼ਾਇਦ ਕੋਈ ਬੈਂਕ ਸਟੇਟਮੈਂਟ ਵੀ ਜਾਂ ਇਨਕਮ ਟੈਕਸ ਰਿਟਰਨ ਵੀ ਨਹੀਂ ਮੰਗਾਈਆਂ ਸੀ ਉਹ ਜਦੋਂ ਨਵੀਂ ਐਸਆਈਟੀ ਬਣੀ ਉਸ ਆਯੋਦੀ ਡੀਜੀਪੀ ਸਾਹਿਬ ਨੂੰ ਸ਼ਿਕਾਇਤ ਲੇਕਣ ਤੋਂ ਬਾਅਦ ਉਦੋਂ ਸ਼ਾਇਦ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਕਿ ਇਹ ਆਇਤੀ ਰਿਟਰਨਸ ਔਰ ਬੈਂਕ ਸਟੇਟਮੈਂਟ ਜਿੰਨੇ ਜਲਦੀ ਹੋ ਸਕੇ ਮੰਗਾਈਆਂ ਜਾਣ ਕੰਪਨੀ ਦੇ ਪੂਰੇ ਖਾਤੇ ਮੰਗਵਾਏ ਜਾਣ ਪਹਿਲਾਂ ਜੋ ਮੰਗਵਾਇਆ ਗਿਆ ਸੀ ਜੋ ਕੰਪਨੀ ਨੇ ਪੇਸ਼ ਕੀਤਾ ਸੀ ਉਹ ਆਪਣਾ ਜਿਹੜਾ ਕੰਪਨੀ ਅਕਾਊਂਟ ਹੁੰਦਾ ਬੈਲੈਂਸ ਸ਼ੀਟ ਕੰਪਨੀ ਨੇ ਉਹ ਪੁਲਿਸ ਦੇ ਹਵਾਲੇ ਕੀਤੀ ਸੀ ਜਿਹੜੀ ਮੋਸਟ ਆਫ ਦਾ ਟਾਈਮ ਡਾਕਟਰਡ ਹੁੰਦੀ ਉਹ ਚੀਏ ਬਣਾ ਦਿੰਦੇ ਚਾਲਚੜ اکاؤنٹੈਂਟ ਬਣਾ ਦਿੰਦੇ ਅਸੀਂ ਆਪਣੇ ਐਪੀਸੋਡ 688 ਕੇਸ 199 ਔਰ 690 ਇਹ ਦੋਸਤੋ ten episode is ਅੱਜ ਦੇ episode ਦੇ ਨਾਲ ਜਰੂਰ ਦੇਖ ਲਿਓ ਤੁਹਾਨੂੰ ਇਸ ਪੂਰੇ ਕੇਸ ਦੀ ਬੈਕਗਰਾਉਂਡ ਇਰੀਆਂ ਅੰਦਰ ਲੀਆਂ ਗੁੱਥੀਆਂ ਅਮਰੀਕਾ 'ਚ ਕਿਹੜੀਆਂ-ਕਿਹੜੀਆਂ ਕੰਪਨੀ ਨਾਲ ਇਸ ਅਜੇ ਰਾਜਕਟ ਕਪੂਰੀਆ ਰੋਦੇ ਪਰਿਵਾਰ ਦਾ ਹ ਰਿਸ਼ਤੇ ਸੀ ਉਹ ਕੰਪਨੀਆਂ ਕਿਵੇਂ ਆਪਰੇਟ ਕਰਦੀਆਂ ਸੀ ਉਹਨਾਂ ਕੰਪਨੀਆਂ ਦੀ ਉਥੇ ਲੋਕਲ ਸਟੈਂਡਿੰਗ ਕੀ ਆ ਜਿਹੜੀਆਂ ਕੰਪਨੀਆਂ ਵਾਚਟ੍ਰੋਕ ਬਾਡੀ ਨੇ ਵਾਰਨਿੰਗ ਦਿੱਤੀ ਹੋਈ ਆ ਕਿ ਇਹਨਾਂ ਨਾਲਾ ਬਿਜ਼ਨਸ ਨਾ ਕਰੋ ਇਹ ਧੋਖੇਬਾਜ਼ੀ ਦਾ ਕੰਮ ਕਰਦੀਆਂ ਉਹਨਾਂ ਦੀ ਮੋਡਰਸ ਉਪਰਾਂਡਾ ਵੀ ਉਸ ਵਾਚਟ੍ਰੋਕ ਬਾਡੀ ਨੇ ਸਾਹਮਣੇ ਰੱਖੀ ਸੀ ਇਹ ਗੂਗਲ ਦੇ ਉੱਪਰ ਹੈ ਸਾਰਾ ਕੁਝ ਅਸੀਂ ਕੋਲੋਂ ਕਾੜ ਕੇ ਗੱਲਾਂ ਨਹੀਂ ਬਣਾ ਰਹੇ ਉਸ ਤੋਂ ਬਾਅਦ ਵੀ ਇਹ ਸਾਈਬਰ ਕੀ ਚਨਵਾਲਡ ਕੰਪਨੀ 'ਤੇ ਇਲਜ਼ਾਮ ਲੱਗੇ ਨੇ ਠੱਗੀ ਦੇ ਇਹ ਕੰਪਨੀ ਮੋਹਾਲੀ ਦੇ ਐਮ ਆਰ ਸਿਟੀ ਟਿਕਾ ਅੰਡਰ ਕੰਸਟਰਕਸ਼ਨ ਬਿਲਡਿੰਗ ਤੋਂ ਆਪਰੇਟ ਕਰਦੀ ਸੀ ਜਿੱਥੇ ਛਾਪਾ ਮਾਰਿਆ ਗਿਆ ਔਰ ਕਾਫੀ ਸਾਰੇ EMPLOYEES ਦੀਆਂ 45 50 EMPLOYEES ਦੀਆਂ ਸਟੇਟਮੈਂਟਸ ਰਿਕਾਰਡ ਹੋਈਆਂ 5-6 ਸਰਵਰ ਇਹਨਾਂ ਦੇ ਕੰਮ ਕਰ ਰਹੇ ਜਿਨ੍ਹਾਂ ਤੋਂ ਖਾਦੀ ਇੱਕ ਸਰਵਰ ਸਰਵਰ ਨੰਗਲ ਵਾਲਾ ਫੜਿਆ ਗਿਆ ਉਹਦੇ ਤੇ ਜਿਹੜੀ ਇਨਫਾਰਮੇਸ਼ਨ ਨਿਕਲੀ ਉਹਦੇ ਤੇ ਬੇਸ ਤੇ ਸਾਰਾ ਕੇਸ ਬਣਿਆ ਬਾਕੀ ਦੇ ਚਾਰ ਸਰਵਰ ਅਜੇ ਤੱਕ ਫੜੇ ਨਹੀਂ ਗਏ ਮੈਨੂੰ ਹੈਰਾਨੀ ਹੁੰਦੀ ਹੈ ਕਿ ਨਵੀਂ ਐਸ ਆਈ ਟੀ ਨੇ ਉਹ ਸਰਵਰ ਲੱਭਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਜਿਹਨਾਂ ਡਾਟਾ ਉਹਨਾਂ ਤੋਂ ਨਿਕਲਣਾ ਸੀ ਜਿਨ੍ਹਾਂ ਲੈਣ ਦੇਣ ਉਹਨਾਂ ਸਰਵਰ ਤੋਂ ਨਿਕਲਣਾ ਸੀ ਇਹ ਕਿੱਥਾ ਬਹੁਤ ਦੂਰ ਤੱਕ ਜਾਣਾ ਸੀ ਘੱਟ ਹੁਣ ਆਈ ਇਡੀ ਰੀ ਐਂਟਰੀ ਹੋ ਗਈ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਤੁਹਾਨੂੰ ਜਿੱਥੇ ਕਿਤੇ ਵੀ ਮਨੀ ਲਾਂਡਰਿੰਗ ਦੀ ਸਮੈਲ ਈਡੀ ਨੂੰ ਆਉਂਦੀ ਆ ਉਥੇ ਈਡੀ ਆਪਣਾ ਕਦਮ ਰੱਖ ਦਿੰਦੀ ਹੈ ਕਈ ਲੋਕਾਂ ਨੂੰ ਬੜੀ ਗਲਤ ਫਹਮੀ ਆ ਕਿ ਈਡੀ ਸਿਰਫ ਇਹੋ ਜਿਹੇ ਕੇਸਸ ਨੂੰ ਟੇਕਓਵਰ ਕਰਦੀ ਆ ਜਿੱਥੇ ਘੱਟੋ ਘੱਟ 2 ਕਰੋੜ ਰੁਪਏ ਦੀ ਰਿਕਵਰੀ ਹੋਈ ਹੋਵੇ ਇਹ ਮਿਸਨੋਮਾਰ ਹੈ ਇਹ ਹਕੀਕਤ ਨਹੀਂ ਆ ਮਨੀ ਲਾਂਡਰਿੰਗ ਐਕਟ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ पीएम एलए ਜਿਹਨੂੰ ਆਪਾਂ ਕਹਿੰਦੇ ਉਹਦੇ ਵਿੱਚ ਕਿਤੇ ਨਹੀਂ ਲਿਖਿਆ ਕਿ ਈਡੀ ਲਈ ਇਹ ਜ਼ਰੂਰੀ ਹੈ ਕਿ 2 ਕਰੋੜ ਦੀ ਰਿਕਵਰੀ ਹੋਵੇ ਉਸ ਤੋਂ ਬਾਅਦ ਹੀ ਈਡੀ ਦਖਲ ਦੇ ਸਕਦੀ ਹੈ ਇਹ ਤਾਂ ਜਦੋਂ ਕੇਸਰ ਬਹੁਤ ਜ਼ਿਆਦਾ ਈਡੀ ਕੋਲੇ ਜਾਣ ਲੱਗੇ ਸੀ ਸ਼ਿਕਾਇਤਾਂ ਬਹੁਤ ਆਉਣ ਲੱਗੀਆਂ ਸੀ ਤਾਂ ਈਡੀ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਆਪਣੇ ਲੈਵਲ ਤੇ ਇੱਕ ਮਾਪਦੰਡ ਜਿਹਾ ਬਣਾ ਲਿਆ ਸੀ ਕਿ بجائے ਇਹਦੇ ਹੈ ਕਿ ਆਪਾਂ ਹਰ ਛੋਟੇ-ਮੋਟੇ ਕੇਸ ਵਿੱਚ ਢਾਕਲ ਦਈਏ ਮੈਨਪਾਵਰ ਦਾ ਇਸਤੇਮਾਲ ਕਰੀਏ ਵਰਕ ਵੱਧ ਜਾਊਗਾ ਵਰਕ ਲੋਡ ਜ਼ਿਆਦਾ ਵੱਧ ਜਾਣਾ ਉਹਨਾਂ ਨੇ ਆਪ ਹੀ ਫੈਸਲਾ ਕੀਤਾ ਸੀ ਇੰਟਰਨਲ ਅਰੇਂਜਮੈਂਟ ਸੀ ਕਿ ਜਿੱਥੇ 2 ਕਰੋੜ ਦੀ ਰਿਕਵਰੀ ਇਨੀਸ਼ੀਏਟ ਨਹੀਂ ਹੋ ਜਾਏ ਆਪਾਂ ਉਹਨਾਂ ਕੇਸਾਂ ਤੇ ਜ਼ਿਆਦਾ ਕਨਸੈਂਟਰੇਟ ਕਰਾਂਗੇ ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਕਿ ਜਿੱਥੇ ਕੋਈ ਰਿਕਵਰੀ ਨਹੀਂ ਹੋਈ ਉਹਨਾਂ ਕੇਸੇ ਕਿਹੜੀ ਦਖਲ ਨਹੀਂ ਦੇ ਸਕਦਾ ਸੋ ਇਹ ਗੱਲ ਤੁਹਾਨੂੰ ਪਹਿਲਾਂ ਕਲੀਅਰ ਕਰ ਦਈਏ ਮੈਂ ਜਦੋਂ ਅੱਜ ਵੀ ਕੋਈ ਜਾਣਕਾਰਾਂ ਨਾਲ ਗੱਲ ਕਰ ਰਿਹਾ ਸੀ ਉਹ ਕਹਿੰਦੇ ਕਿ ਈਡੀ ਤਾਂ ਦਖਲ ਦੇ ਹੀ ਨਹੀਂ ਸਕਦੀ ਨਾ ਕਿ ਕਿਉਂ ਕਹਿੰਦੇ ਤੇ ਰਿਕਵਰੀ ਤਾਂ ਹੋਈ ਨਹੀਂ ਇਸ ਕੇਸ ਦੀ 2 ਕਰੋੜ ਦੀ ਰਿਕਵਰੀ ਜ਼ਰੂਰੀ ਹੁੰਦੀ ਹੈ ਫਿਰ ਮੈਂ ਆਪਣੇ ਈਡੀ ਦੇ ਸੋਰਸਸ ਨਾਲ ਗੱਲ ਕੀਤੀ ਮੈਂ ਕਿਹਾ ਭਾਈ ਤੁਸੀਂ ਤਾਂ ਗਲਤ ਇਨਵੈਸਟੀਗੇਸ਼ਨ ਕਰ ਰਹੇ ਹੋ ਤੁਸੀਂ ਤੈਨੂੰ ਇਨਵੈਸਟੀਗੇਸ਼ਨ ਕਰ ਹੀ ਨਹੀਂ ਸਕਦੇ ਉਹਨਾਂ ਨੇ ਕਿਹਾ ਕਿ ਐਕਟ ਦੇ ਥੱਲੇ ਕਿਤੇ ਵੀ 2 ਕਰੋੜ ਦੀ ਸ਼ਰਤ ਨਹੀਂ ਉਹ ਸਾਡੀ ਆਪਣੀ ਮਾਪਦੰਡ ਸਿਹਤ ਹੀ ਕਦੇ ਵੀ ਉਹਨੂੰ ਵੇਵ ਕਰ ਸਕਦੇ ਆ ਸਾਡੀ ਡਿਸਕ੍ਰੀਸ਼ਨ ਹੈ ਸਰ ਜਦੋਂ ਐਨੇ ਮਹੀਨਿਆਂ ਤੋਂ EDI ਆਪਣੇ ਸੋਰਸ ਤੇ ਇਸ ਕੇਸ ਨੂੰ ਫਾਲੋ ਕਰ ਰਹੀ ਸੀ ਜਿਵੇਂ ਮੈਂ ਦੱਸਿਆ ਉਹਨਾਂ ਨੂੰ ਮਨੀ ਟ੍ਰੇਲ ਦੀ ਨੌਲੇਜ ਲੱਗੀ ਹੁਣ ਇਹ ਕੇਸ ਟੂਲ ਕਿਉਂ ਫੜਦਾ ਟੂਲ ਉਹਨਾਂ ਵੜਦਾ ਜਦੋਂ ਇੱਕ ਮੰਤਰੀ ਦਾ ਨਾਂ ਆ ਜਾਂਦਾ ਉਹਨਾਂ ਦੀ ਦੀ ਕਾਰਗੁਜ਼ਾਰੀ ਤੁਸੀਂ ਸਾਰੇ ਬਹੁਤ ਕੀਤਨਾ ਜਾਣਦੇ ਹੋ ਸਮਝਦੇ ਹੋ ਜਿੱਥੇ ਕਿਤੇ ਨਾਉਨ ਬੀਜੇਪੀ ਪੋਲੀਟੀਸ਼ੀਅਨ ਦਾ ਨਾਮ ਆ ਜਾਵੇ ਜਿੱਥੇ ਕਿਤੇ ਨਾਉਨ ਬੀਜੇਪੀ ਸਰਕਾਰਾਂ ਦੀ ਇਨਵੋਲਵਮੈਂਟ ਆ ਜਾਵੇ ਜਿੱਥੇ ਕਿਤੇ ਨਾਉਨ ਬੀਜੇਪੀ ਖਾਲੀ ਨਾਉਨ ਬੀਜੇਪੀ ਨਹੀਂ ਖਾਸ ਤੌਰ ਤੇ ਉਹ ਜਿਹੜੇ ਬੀਜੇਪੀ ਦੇ ਵਿਰੋਧੀ ਨੇ ਜਿਵੇਂ ਕਾਂਗਰਸ ਹੋਈ ਆਮ ਆਦਮੀ ਪਾਰਟੀ ਹੋਈ ਇਹਨਾਂ ਨੂੰ ਵੀ ਜੀਪੀ ਆਪਣਾ ਵਿਰੋਧੀ ਮੰਨਦੀ ਮਮਤਾ ਬੇਨਰਜੀ ਹੋਈ ਮਹਾਂ ਸਿੰਘ ਯਾਦ ਉਹਨਾਂ ਦਾ ਬੇਟਾ ਮਹਾਂ ਸਿੰਘ ਯਾਦੂ ਦਾ ਬੇਟਾ ਖਲੇਸ਼ ਯਾਦੂ ਹੋਵੇ ਜਾਂ ਤਲੰਗਾਨਾ ਦੇ ਲੀਡਰ ਹੋਣ ਕਰਨਾਟਕਾ ਦੇ ਹੋਣ ਕਰਲਾ ਦੇ ਹੋਣ ਤਮਿਲਨਾਡੂ ਦੇ ਹੋਣ ਜਿਹੜੇ ਬੀਜੇਪੀ ਦਾ ਵਿਰੋਧੀ ਨਹੀਂ ਇਹਨਾਂ ਦਾ ਕਿਤੇ ਕੀ ਸਾਦੇ ਤੇ ਫਿਰ ਈੜੀ ਬਹੁਤ ਸਪੀਡ ਨਾਲ ਕੰਮ ਕਰਦੀ ਸ਼ਾਇਦ ਉਹੀ ਗੱਲ ਪੰਜਾਬ ਚ ਵੀ ਹੋਈ ਜਿਉਂ ਹੀ ਪੰਜ ਆਪ ਦੇ ਮੰਤਰੀ ਹਰਜੋਤ ਬੈਂਸ ਦਾ ਨਾਮ ਆਉਂਦਾ ਹੈ ਤੇ ਈੜੀ ਦੇ ਕੰਨ ਖੜੇ ਹੋ ਜਾਂਦੇ ਈੜੀ ਅਲਰਟ ਹੋ ਜਾਂਦੀ ਹੈ ਕਿ ਹੁਣ ਮੌਕਾ ਹੈ ਸਰਾਇ ਕਰਨ ਦਾ then eedi smells warat ਫਿਰ ਈੜੀ ਰੀ ਬਿੱਲੀ ਦੇ ਪੰਜੇ ਖੜੇ ਹੋ ਜਾਂਦੇ ਚੂਹਾ ਫੜਨ ਲਈ ਆ ਇੱਕ ਕਾਰਨ ਹੈ ਦੂਤਰਾ ਕਾਰਨ ਜਿਹੜਾ ਹੈ ਵਿਡੈਂਸ ਹੁਣ ਰਿਕਾਰਡ ਉਹਦੇ ਚ ਫੋਰਨ ਕਨੈਕਸ਼ਨ ਬਹੁਤ ਵੱਡਾ ਖਾਸ ਤੌਰ ਤੇ ਅਮਰੀਕਾ ਦਾ ਔਰ ਕੈਨੇਡਾ ਦਾ ਔਰ ਆਸਟ੍ਰੇਲੀਆ ਦਾ ਇਹਨਾਂ ਤਿੰਨਾਂ ਕੰਟਰੀ ਚ ਇਹ ਸਾਈਬਰ ਸੈਲ ਕੰਪਨੀ ਜਿਹੜੀ ਸੀ ਇਹਦਾ ਉਥੇ ਇਹਨਾਂ ਦੇ ਲਿੰਕ ਸਟੈਬਲਿਸ਼ਡ ਹੋ ਚੁੱਕੇ ਆ ਥਰੂ ਫਾਈਨੈਂਸ਼ੀਅਲ ਡੀਲਿੰਗਸ ਹੁਣ ਫਾਈਨੈਂਸ਼ੀਅਲ ਡੀਲਿੰਗਸ ਭਾਵੇਂ 8 ਕਰੋੜ ਦੀਆਂ ਹੋਣ 9 ਕਰੋੜ ਦੀਆਂ ਹੋਣ 10 ਕਰੋੜ ਦੀਆਂ ਹੋਣ 100 ਕਰੋੜ ਦੀਆਂ ਹੋਣ 1000 ਕਰੋੜ ਦੀਆਂ ED ਉੱਥੇ ਫਿਰ ਆਪਣਾ ਹੱਥ ਪਾਈ ਲੈਂਦੀ ਹੁਣ ਦੋਸਤੋ ਇਹ ਮਾਮਲਾ ਥੋੜਾ ਤੂਲ ਫੜੇਗਾ ED ਨੇ ਪੰਜਾਬ ਦੇ ਡੀਜੀ ਨੂੰ ਚਿੱਠੀ ਲਿਖੀ ਕਿ ਸਾਨੂੰ ਇਸ ਕੇਸ ਨਾਲ ਜੁੜੇ ਸਾਰੇ ਕਾਗਜ਼ਾਤ ਸੌਂਪੇ ਜਾਣ ਅਸੀਂ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹੁਣ ਮੇਨ ਜਿਹੜੀ ਅੰਡਰ ਪੀਐਮਐਲਏ ਐਕਟ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਦੇ ਤਹਿਤ ਈਡੀ ਦਖਲੋਤ ਦੇ ਸਕਦੀ ਆ ਜਿੱਥੇ ਆਲੜੀ ਐਫ ਆਰ ਦਰਜ ਹੋ ਚੁੱਕੀ ਹੋਵੇ ਇਹ ਬੇਸਿਕ ਕੰਡੀਸ਼ਨ ਹੈ 2 ਕਰੋੜ ਰਕਬੀ ਦੀ ਕੋਈ ਕੰਡੀਸ਼ਨ ਨਹੀਂ ਸੋ ਇਸ ਕੇਸ ਐਫ ਆਰ ਦਰਜ ਹੋ ਚੁੱਕੀ ਸੀ 6 ਬੰਦੇ ਅਰੈਸਟ ਹੋ ਚੁੱਕੇ ਸੀ ਉਹਨਾਂ ਦੀ ਜ਼ਮਾਨਤ ਵੀ ਹੋ ਚੁੱਕੀ ਹੈ ਔਰ ਕੇਸ ਅਦਾਲਤਾਂ ਚ ਚੱਲ ਰਿਹਾ ਆ ਜੇ ਨੂੰ ਵੀ ਤੰਕਿਤਾ ਰ ਆ ਰਿਹਾ ਉਹ ਦੇਖ ਲਾ ਡਿਪਾਰਟਮੈਂਟਲ ਐਕਸ਼ਨ ਵੀ ਹੋਇਆ ਔਰ ਜਿਹੜੇ ਲੋਕ ਇਸ ਗੋਰਖ ਤਾਂ ਦੇਚਨ ਵਾਲ ਤੇ ਉਹਨਾਂ ਨੇ ਹਾਈ ਕੋਰਟ ਤੱਕ ਕੇਸ ਵੀ ਕੀਤੇ ਔਰ ਅੱਜ ਤੱਕ ਹਾਈ ਕੋਰਟ ਚੋ ਕਈ ਸਾਰੀਆਂ ਹੀਰਿੰਗ ਚੱਲ ਰਹੀਆਂ ਸੋ ਇਹ ਸਾਰੀਆਂ ਗੱਲਾਂ ਨੂੰ ਮਦਰ ਮਦਨ ਨਾ ਰੱਖਦੇ ਈਡੀ ਨੇ ਕੁਝ ਦਿਨ ਪਹਿਲਾਂ ਇੱਕ ਲੈਟਰ ਡੀਜੀ ਸਾਹਿਬ ਨੂੰ ਲਿਖਿਆ ਔਰ ਉਹਨਾਂ ਨੇ ਹਦਾਇਤ ਦਿੱਤੀ ਆਪਣੀ ਅਡਿਟਲ ਡੀਜੀ ਸਾਈਬਰ ਕਰਾਇਮ ਨੂੰ ਕਿ ਇਹ ਡਾਕੂਮੈਂਟ ਜਿਹੜੇ ਆ ਇਹ ਈਡੀ ਨੂੰ ਦੇ ਦਿੱਤੇ ਜਾ ਪਹੁੰਚ ਗਏ ਹੋਣੇ ਆਜ ਦੁਪਹਿਰ ਤੋਂ ਇੱਕ ਖ਼ਬਰ ਆ ਰਹੀਆਂ ਸੀ ਕਿ ਈਡੀ ਕੋਈ ਵੱਡਾ ਐਕਸ਼ਨ ਲੈਣ ਜਾ ਰਹੀ ਹੈ ਪਰ ਮੈਂ ਜਦੋਂ ਆਪਣੇ ਸੋਰਸ ਨਾਲ ਕੰਟੈਕਟ ਸਾਧਿਆ ਤਾਂ ਅਜੇ ਪਹਿਲਾ ਹਾਲ ਦੀ ਘੜੀ ਇਹ ਹੋ ਜਾ ਐਕਸ਼ਨ ਇਮੀਨੈਂਟ ਨਹੀਂ ਪਰ ਆਉਣ ਵਾਲੇ ਸਮੇਂ ਵਿੱਚ ਜਲਦੀ ਕੋਈ ਵੱਡਾ ਐਕਸ਼ਨ ਜ਼ਰੂਰ ਹੋਊਗਾ ਕਿਉਂਕਿ ਜਦੋਂ ਈਡੀ ਪੇਪਰ ਸਮਨ ਕਰਦੀ ਕੇਸ ਨਾਲ ਜੁੜੇ ਸਾਰੇ ਦਸਤਾਵੇਜ਼ ਆਪਣੇ ਕਬਜ਼ੇ ਚ ਲੈਂਦੀ ਆ ਉਹਨਾਂ ਨੂੰ ਪੜਨ ਚ ਥੋੜਾ ਜਿਹਾ ਸਟੱਡੀ ਕਰਨ ਥੋੜਾ ਜਿਹਾ ਸਮਾਂ ਲੱਗਦਾ ਹਾਲਾਂਕਿ ਕਾਫੀ ਸਾਰਾ ਕੰਮ ਉਹਨਾਂ ਨੇ ਆਲਰੇਡੀ ਕਰ ਰੱਖਿਆ ਪਰ ਫਿਰ ਵੀ ਉਹ ਇੱਕ ਵਾਰੀ ਫੇਰ ਕਨਸਾਈਲਿੰਗ ਕਰਦੇ ਆ ਰੀਕਨਸਾਈਲਿੰਗ ਕਰਦੇ ਆ ਸਾਰੇ ਫੈਕਟਸ ਦੀ ਉਹ ਚੀਜ਼ ਵੀ ਦੇਖਦੇ ਆ ਕਿ ਨਾਲ ਉਹਨਾਂ ਨੂੰ ਹੋਰ ਕਿਹੜੇ ਕਿਹੜੇ ਡਾਕੂਮੈਂਟਸ ਨੂੰ ਚਾਹੀਦੇ ਆ ਉਹ ਵੀ ਹਣੀ ਰਹਿ ਮੰਨੂਗੀ ਲੇਕਿਨ ਬਹੁਤ ਜਲਦੀ ਬਹੁਤ ਜਲਦੀ ਈਡੀ ਦੀ ਇਨਕੁਆਰੀ ਬਹੁਤ ਸਪੀਡ ਨਾਲ ਚੱਲੇਗੀ ਕਿਉਂਕਿ ਆਮ ਆਦਮੀ ਪਾਰਟੀ ਦੇ ਇੱਕ ਮੰਤਰੀ ਦਾ ਨਾਮ ਆ ਗਿਆ ਕੀ ਇਸ ਮੰਤਰੀ ਨੂੰ ਵੀ ਜਾਂਚ ਸ਼ਾਮਲ ਹੋਣ ਲਈ ਕਿਹਾ ਜਾਏਗਾ ਜਾਂ ਉਸ ਤੋਂ ਪਹਿਲਾਂ ਹੋਰ ਐਵੀਡੈਂਸ ਇਕੱਠੀ ਕੀਤੀ ਜਾਊਗੀ ਕੀ ਉਸ ਆਈਨੂ ਵੀ ਬੁਲਾਇਆ ਜਾਊਗਾ ਜਿਹਨੇ ਐਲੀਗੇਸ਼ਨ ਮੰਤਰੀ ਦੇ ਖਿਲਾਫ ਲਾਇਆ ਹੈ ਇਹੜੀ ਉਸ ਅਫੀਸਰ ਨੂੰ ਵੀ ਬੁਲਾ ਸਕਦੀ ਹੈ ਉਹਨਾਂ ਤੋਂ ਐਵੀਡੈਂਸ ਦੀ ਮੰਗ ਕਰ ਸਕਦੀ ਹੈ ਤੇ ਕੰਪਨੀ ਦੇ ਉਹ ਮਾਲਕ ਜਿਹੜੇ ਇਨਵੋਲਡ ਨੇ ਅਰੈਸਟ ਹੋ ਚੁੱਕੇ ਐ ਅਜੇ ਰਾਜ ਕੋਪੂਰੀਆ ਉਹਨਾਂ ਦੇ ਪਿਤਾ ਤੇ ਉਹਨਾਂ ਦੀ ਪਤਨੀ ਸੁਨੀਤਾ ਉਹਨਾਂ ਨੂੰ ਵੀ ਬੁਲਾਇਆ ਜਾ ਸਕਦਾ ਪਹਿਲਾਂ ਤਾਂ ਇਹ ਸਟੇਟਮੈਂਟਸ ਦਾ ਦੌਰ ਚੱਲੂ ਹੋਏਗਾ ਉਸ ਤੋਂ ਬਾਅਦ ਫਿਰ ਗ੍ਰਿਫਤਾਰੀਆਂ ਦਾ ਦੌਰ ਸ਼ੁਰੂ ਹੋਊਗਾ ਕੁਝ ਦਿਨ ਲੱਗਣਗੇ ਦੋਸਤੋਂ ਪਰ ਇਹ ਮਾਮਲਾ ਹੁਣ ਠੰਡੇ ਬਸਤੇ 'ਚ ਨਹੀਂ ਪੈ ਸਕਦਾ ਜਦੋਂ ਅਸੀਂ ਇਹ ਤਿੰਨ ਐਪੀਸੋਡ ਬਣਾਏ ਸੀ ਆਪਣੇ 688 699 690 ਤੁਹਾਡੇ ਤੋਂ ਬਹੁਤ ਸਾਰੇ ਲੋਕਾਂ ਨੇ ਕਮੈਂਟ ਕੀਤਾ ਸੀ ਕਿ ਇਹ ਉਹ ਜੇ ਕੇਸ ਲੰਬੇ ਨਹੀਂ ਚੱਲਦੇ ਠੰਡੇ ਬਸਤੇ 'ਚ ਪਾ ਦਿੱਤੇ ਜਾਣਗੇ ਅਸੀਂ ਤੁਹਾਡੇ ਨਾਲ ਸਹਿਮਤ ਹਾਂ ਕੋਸ਼ਾਂ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀਆਂ ਸੀ ਠੰਡੇ ਵਸਤੇ 'ਚ ਪਾਉਣ ਦੀਆਂ ਪਰ ਹੁਣ ਔਖਾ ਹੋ ਗਿਆ। ਅਗਰ ਮੰਤਰੀ ਦਾ ਨਾਮ ਨਾ ਆਉਂਦਾ ਤਾਂ ਸ਼ਾਇਦ ਠੰਡੇ ਵਸਤੇ 'ਚ ਪੈ ਵੀ ਜਾਂਦਾ ਕੇਸ। ਅਸੀਂ ਇਹ ਵੀ ਮੰਨਦੇ। ਅਸੀਂ ਸਿਸਟਮ ਵਾਸਤੇ ਸਰਕਾਰਾਂ ਦਾ ਕੰਮ ਕਰਨ ਦਾ ਤਰੀਕਾ ਸਮਝਦੇ ਹਾਂ। ਪਰ ਜਦੋਂ ਇੱਕ ਮੰਤਰੀ ਦਾ ਹਾਈ ਪ੍ਰੋਫਾਈਲ ਮੰਤਰੀ ਦਾ ਆਨ ਆਨ ਨਾਲ ਉਹਦੀ ਤਾਂ ਪਤਨੀ ਜੀ ਦਾ ਕੀ ਕਸੂਰ ਆ ਨਹੀਂ ਸਾਨੂੰ ਨਹੀਂ ਪਤਾ ਉਹ ਤਾਂ ਆਉਣ ਵਾਲੇ ਸਮੇਂ ਦੇ ਪਤਾ ਲੱਗੂਗਾ ਪਰ ਜਦੋਂ ਉਹਨਾਂ ਦਾ ਨਾਂ ਵੀ ਨਾਲ ਆ ਜੇ ਤਾਂ ਮਾਮਲਾ ਆਟੋਮੈਟਿਕਲੀ ਪ੍ਰਾਈਮਾ ਫੇਸਾਈ ਗੰਭੀਰ ਹੋ ਜਾਂਦਾ ਤੁਹਾਡਾ ਰੋਲ ਹੋਵੇ ਨਾ ਹੋਵੇ ਪਰ ਜਦੋਂ ਸੈਲੀਬ੍ਰਿਟੀ ਸਟੇਟਸ ਨਾਲ ਜੁੜ ਜਾਂਦਾ ਤਾਂ ਖਬਰਾਂ ਬਣ ਜਾਂਦੀਆਂ ਇਹੋ ਜਿਹਾ ਕਾਰਨ ਵੀ ਹੋ ਸਕਦਾ ਪਰ ਹੁਣ ਦੇਖਣਾ ਹੋਏਗਾ ਕਿ ਇਹਦੀ ਆਉਣ ਵਾਲੇ ਹਫਤੇ ਦਸਾਂ ਦਿਨਾਂ ਕਿਹੜੇ ਤਰੀਕੇ ਨਾਲ ਕੇਸ ਨੂੰ ਅੱਗੇ ਲੈ ਜਾਂਦੀ। ਦਾ ਮੂਵਮੈਂਟ ਇਹਦੀ ਰਜਿਸਟਰ ਨਾ ਐਫ ਆਰ ਉਰੋਂ ਤੋਂ ਮਾਮਲਾ ਸੰਗੀਨ ਰੂਪ ਲੈ ਸਕਦਾ। ਇਹਦੇ politcal overturn ਵੀ ਹੋਣਗੇ। ਇਹ ਵੀ ਇਲਜ਼ਾਮ ਲੱਗਣਗੇ ਕਿ ਇਹਦੀ political ਮੈਂਡਾਟਾ ਨਾਲ ਕੰਮ ਕਰ ਰਹੀ ਹੈ ਜਿਵੇਂ ਦਿੱਲੀ 'ਚ ਆਮ ਸਰਕਾਰ ਆਮ ਪਾਰਟੀ ਸਰਕਾਰ ਦੇ 리ਦਰਾਂ ਨਾਲ ਹੋਇਆ ਉਥੋਂ ਦੇ ਮੁੱਖ ਮੰਤਰੀ ਨਾਲ ਹੋਇਆ ਆਪ ਦੇ ਸੁਪਰੀਮੋ ਨਾਲ ਹੋਇਆ ਇਹੋ ਜਿਹੇ ਇਲਜ਼ਾਮਾਂ ਬਾਦੀਆਂ ਹੀ ਤੇ ਵੀ ਲੱਗਣਗੀਆਂ ਪਰ ਅਲਟੀਮੇਟਲੀ ਫੈਸਲਾ ਤਾਂ ਅਦਾਲਤਾਂ ਨੇ ਕਰਨਾ ਉਥੋਂ ਦੇ ਨੇ ਕੱਲ੍ਹ ਕੇ ਆਊਗਾ ਉਹ ਦੇਖਾਂਗੇ ਪਰ ਅਜਿਹੀ ਘੜੀ ਆਮ ਆਦਮੀ ਪਾਰਟੀ ਜੋ ਪਹਿਲਾਂ ਹੀ ਮੁਸ਼ਕਲ ਤੋਂ ਲੰਘ ਰਹੀ ਆ ਮੁੱਖ ਮੰਤਰੀ ਬਿਮਾਰ ਨੇ ਪਾਰਟੀ ਸਪਰੀਮੋ ਨਾਰਾਜ਼ ਨੇ ਅੱਧੇ ਐਮਐਲਏ ਪੰਜਾਬ ਦੇ ਕਿਸੇ ਹੋਰ ਕਾਰਨਾ ਕਰਕੇ ਨਾਰਾਜ਼ ਨੇ ਕਈ ਕੁਝ ਚੱਲ ਰਿਹਾ ਅੰਦਰ ਖਾਤੇ ਸਭ ਕੁਝ ਠੀਕ ਠਾਕ ਨਹੀਂ ਹੈ ਹੋਰ ਉਹਨੂੰ ਇਸ ਮੌਕੇ ਤੇ ਈਡੀ ਦੀ ਐਂਟਰੀ ਇਹ ਚ ਸਾਈਬਰ ਕ੍ਰਾਈਮ ਧੋਗੀ ਦੇ ਮਾਮਲੇ ਇਹ ਬਹੁਤ ਅਹਿਮੀਅਤ ਰੱਖਦੀ ਇਹ ਮੁਸ਼ਕਲਾ ਆਮ ਆਦਮੀ ਪਾਰਟੀਆਂ ਵਾਂ ਤੇ ਉਹਦੇ ਮੰਤਰੀਆਂ ਦੀਆਂ ਵਧਾ ਸਕਦੀ ਔਰ ਇਹ ਵੀ ਕੋਈ ਪਤਾ ਨਹੀਂ ਕਿ ਇਹਦੇ ਪਿੱਛੇ ਕੁਝ ਹੋਰ ਲੋਕਾਂ ਦੇ ਨਾਂ ਆ ਜਾਣ ਕਿਉਂਕਿ ਨੰਗਲ ਕਨੈਕਸ਼ਨ ਤਾਂ ਹੈਗਾ ਹੀ ਹੈਗਾ ਜਿਹੜੇ ਕੰਪਨੀ ਦੇ ਮਾਲਕ ਨੇ ਉਹ ਵੀ ਨੰਗਲ ਦੇ ਨੇ ਉਹਨਾਂ ਦੀ ਜਿਹੜੀ ਵਕੀਲ ਆ ਉਹ ਵੀ ਨੰਗਲ ਦੀ ਆ ਔਰ ਮੰਤਰੀ ਜੀ ਵੀ ਨੰਗਲ ਦੇ ਆ ਕੋਈ ਪੁਰਾਣੀਆਂ ਸਾਂਝਾਂ ਨਿਕਲ ਆਉਂਦੀਆਂ ਦੇਖੋ ਹੁੰਦਾ ਕਿ ਅਸੀਂ ਐਸ ਸਟੇਜ ਤੇ ਆਪਣੇ ਵੱਲੋਂ ਕੋਈ ਵੀ ਜਜਮੈਂਟਲ ਐਟੀਟਿਊਡ ਨਹੀਂ ਰੱਖ ਸਕਦੇ ਨਾ ਸਿਰਫ ਉਹ ਹੱਕ ਬੰਦਾ ਨਾ ਫਰਜ਼ ਬੰਦਾ ਕਿਸ ਅਦਾਲਤਾਂ ਦੇ ਨੇ ਸਰਕਾਰੀ ਵਿਭਾਗਾਂ ਦੇ ਨੇ ਸਰਕਾਰੀ ਅਫਸਰਾਂ ਦੇ ਨੇ ਸੋ ਲੈਟ ਅਸ ਲੀਵ ਇਟ ਐਟ देयर 도ਰਸ ਆਪਾਂ ਸਾਰਾ ਮਾਮਲਾ ਉਹਨਾਂ ਦੇ ਦਰਵਾਜ਼ੇ ਤੇ ਹੀ ਦੇ ਦਰਵਾਜ਼ੇ ਤੇ ਤੇ ਅਦਾਲਤਾਂ ਦੇ ਦਰਵਾਜ਼ੇ ਤੇ ਛੱਡ ਦਿੰਨੇ ਪਰ ਸਾਡੀ ਆਸਾ ਮਨਸ਼ਾ ਯਕੀਨ ਇਸ ਗੱਲ ਤੇ ਹੈ ਕਿ ਇਨਸਾਫ ਹੋਣਾ ਚਾਹੀਦਾ ਔਰ ਇਨਸਾਫ ਦਾ ਨਜ਼ਰ ਵੀ ਆਉਣਾ ਚਾਹੀਦਾ ਪਾਰਦਰਸ਼ਤਾ ਨਾਲ ਸਾਰੀਆਂ ਇਨਵੈਸਟੀਗੇਸ਼ਨ ਹੋਣੀਆਂ ਚਾਹੀਦੀਆਂ ਇਸ ਕਰਕੇ ਇਹਨਾਂ ਨੂੰ ਅੰਡਰ ਦਾ ਕਾਰਪਟ ਨਾ ਦਬਿਆ ਜਾਵੇ ਕਿ ਬਤੇ ਲੋਕਾਂ ਦੇ ਨਾਲ ਇਨਵੋਲਡ ਹੋਗੇ ਆਪਸਰਾ ਦੇ ਨਾਲ ਇਨਵੋਲਡ ਹੋਗੇ ਇਸ ਕਰਕੇ ਉਹਨਾਂ ਦਬਾਇਆ ਨਹੀਂ ਜਾਣਾ ਚਾਹੀਦਾ ਤੇ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਪੁਰਾਣੇ ਸਾਡੇ 3 ਐਪੀਸੋਡ ਜਰੂਰ ਦੇਖ ਲਿਓ 2688 699 ਔਰ 690 ਤੁਹਾਨੂੰ ਪੂਰੀ ਬੈਕਗ੍ਰਾਉਂਡ ਕੇਸ ਦੀ ਸਮਝ ਆ ਜੂਗੀ ਜੋ ਜੁੜੇ ਰਹੇ ਹੋ ਇਸ ਕੇਸ ਨਾਲ ਬਹੁਤ ਇੰਟਰਸਟਿੰਗ ਹੋਣ ਵਾਲਾ ਆਉਣ ਵਾਲੇ ਜਨਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ